ਕੈਲੀਫੋਰਨੀਆ ਦੇ ਵਿੱਚ ਇੱਕ ਤੂਫਾਨ ਆ ਰਿਹਾ ਹਰੀਕੇਨ ਐਕਚੁਅਲੀ ਉਹ ਮੈਕਸੀਕੋ ਚ ਆ ਰਿਹਾ ਪਰ ਸਦਰਨ ਕੈਲੀਫੋਰਨੀਆ ਨੂੰ ਵੀ ਹਿੱਟ ਕਰੇਗਾ ਬਾਹਾ ਕੈਲੀਫੋਰਨੀਆ ਵਾਲੇ ਏਰੀਏ ਚ ਇਸਨੇ ਟਰੈਵਲ ਕਰਨਾ ਹੈ 25 ਸਾਲਾਂ ਬਾਅਦ ਕਹਿੰਦੇ ਇੰਨੀ ਜਿਆਦਾ ਤਾਕਤ ਔਰ ਜਿਹੜਾ ਇਹ ਹਰੀਕੇਨ ਆ ਰਿਹਾ ਜਿਹਦੇ ਨਾਲ ਬਹੁਤ ਜਿਆਦਾ ਮੀਂਹ ਵੀ ਪਊਗਾ ਫਲਡਿੰਗ ਵੀ ਸਦਰਨ ਕੈਲੀਫੋਰਨੀਆ ਦੇ ਵਿੱਚ ਆ ਸਕਦੀ ਹੈਗੀ ਆ ਹੁਣ ਆਪਾਂ ਦੇਖਦੇ ਆ ਪਿਛਲੇ ਇੱਕ ਵੀਕ ਤੋਂ ਕਿੰਨਾ ਜਿਆਦਾ ਟੈਂਪਰੇਚਰ ਹੋਇਆ ਤੇ ਹੁਣ ਇੱਕਦਮ ਨੈਸ਼ਨਲ ਹਰੀਕੇਨ ਸੈਂਟਰ ਦੇ ਮੁਤਾਬਕ ਹਰੀਕੇਨ ਆ ਇਸ ਏਰੀਏ ਦੇ ਵਿੱਚ ਤੇ ਬੀਂਡਸ ਬਹੁਤ ਤੇਜ਼ ਹੋਣ ਗਿਆ ਵਾਹ ਜਿਹੜਾ ਕੈਲੀਫੋਰਨੀਆ ਮੈਕਸੀਕੋ ਵਾਲਾ ਏਰੀਆ ਆ ਇਸ ਏਰੀਏ ਨੂੰ ਹੇਟ ਕਰਨ ਜਾ ਰਿਹਾ ਹੈ ਜੀ ਸੈਂਡਵਕੀਨ ਵੈਲੀਅਰ ਪੋਲੂਸ਼ਨ ਕੰਟਰੋਲ ਡਿਸਟ੍ਰਿਕਟ ਨੇ 에어 ਕੁਆਲਿਟੀ ਐਡਵਾਈਜ਼ਰੀ ਪੂਰੇ ਇਲਾਕੇ ਦੇ ਵਿੱਚ ਜਾਰੀ ਕੀਤੀ ਹੋਈ ਹੈ ਇਸ਼ੂ ਕੀਤੀ ਹੋਈ ਆਦਨ ਕਿਹਾ ਵੀ ਤਿੰਨ ਐਕਟਿਵ ਵਾਈਲਡਫਾਇਰਸ ਐਸ ਟਾਈਮ ਇਸ ਡਿਸਟ੍ਰਿਕਟ ਦੇ ਵਿੱਚ ਲੱਗੀਆਂ ਹੋਈਆਂ ਨੇ ਐਸਪਨ ਰੈਡ ਤੇ ਰੌਜਰਸ ਜਿਹੜੀਆਂ ਫਾਇਰ ਆ ਜਿਹਦੇ ਕਰਕੇ ਹਵਾ ਦੀ ਕੁਆਲਿਟੀ ਇਸ ਟਾਈਮ ਮਾੜੀ ਆ ਤੇ ਜਿਨ੍ਹਾਂ ਨੂੰ ਸਾਹ ਦੀ ਕੋਈ ਵੀ ਪ੍ਰੋਬਲਮ ਆ ਉਹ ਖਾਸ ਕਰਕੇ ਉਹਨਾਂ ਨੂੰ ਅੰਦਰ ਰਹਿਣ ਦੇ ਲਈ ਹਦਾਇਤਾਂ ਦਿੱਤੀਆਂ ਤਾਂ ਜੋ ਕਹਿੰਦੇ ਵੀ ਜਿਹੜਾ ਪਾਰਟੀਕੂਲੇਟ ਮੈਟਰ ਮਿਸ਼ਨਸ ਆ ਉਸ ਨੂੰ ਉਹ ਘੱਟ ਐਕਸਪੋਜ਼ ਹੋਣ ਮੈਰੀਪੋਸਾ ਕਾਉਂਟੀ ਦੇ ਵਿੱਚ ਰੈਡ ਫਾਇਰ ਟਲੂਮੀ ਕਾਉਂਟੀ ਚ ਰੋਜਰਸ ਫਾਇਰ ਤੇ ਮਸਕੀਟੋ ਫਾਇਰ ਜਿਹੜੀ ਪਲੇਸਰ ਕਾਉਂਟੀ ਦੇ ਵਿੱਚ ਇਸ ਟਾਈਮ ਲੱਗੀ ਹੈਗੀ ਆ ਕਹਿੰਦੇ ਵੀ ਇਹਨਾਂ ਪਾਰਟੀਕੂਲੇਟ ਮੈਟਰ ਦੇ ਆਉਣ ਦੇ ਨਾਲ ਜਿਨ੍ਹਾਂ ਨੂੰ ਐਸਥਮਾ ਆ ਜਾਂ ਕ੍ਰੋਨਿਕ ਬ੍ਰੌਂਕਾਈਟਿਸ ਆ ਉਹ ਛੇੜਨ ਦੇ ਜਿਹੜੇ ਉਹ ਜ਼ਿਆਦਾ ਅਸਰ ਹੋ ਜਾਂਦੇ ਆ ਇਹ ਤੋਂ ਤੱਕ ਕਿ ਹਰਟ ਅਟੈਕ ਤੇ ਸਟ੍ਰੋਕ ਆਉਣ ਦੀਆਂ ਸੰਭਾਵਨਾਵਾਂ ਵੀ ਇਹਨਾਂ ਮਾਮਲਿਆਂ ਦੇ ਵਿੱਚ ਹੋਵਤ ਜਾਂਦੀਆਂ ਨੇ ਸੋ ਬਹੁਤ ਸਾਰੇ ਕੰਮ ਚੱਲ ਰਿਹਾ ਚਲਿਏ ਤੇ ਅੱਜ ਸਵੇਰੇ ਵੀਰਵਾ ਨੂੰ ਕੈਲੀਫੋਰਨੀਆ ਦੇ ਸੈਨੋਜ਼ੀ ਸ਼ਹਿਰ ਦੇ ਵਿੱਚ ਇੱਕ ਬਹੁਤ ਵੱਡੇ ਹਸਪੀਟਲ ਦੇ ਵਿੱਚ ਬਿਜਲੀ ਚਲੀ ਗਈ ਸੈਂਟਾ ਕਲਾਰਾ ਵੈਲੀ ਮੈਡੀਕਲ ਸੈਂਟਰ ਦੇ ਵਿੱਚ ਬਿਜਲੀ ਕਈ ਘੰਟੇ ਗਈ ਰਹੀ ਕੈਲੀਫੋਰਨੀਆ ਨੇ ਟੈਕਸ ਮੈਸੇਜ ਅਲਰਟ ਸਿਸਟਮ ਦੇ ਦੁਆਰਾ ਨੋ ਵਾਇਰਲੈਸ ਐਮਰਜੈਂਸੀ ਅਲਰਟ ਸਿਸਟਮ ਯੂਜ਼ ਕਰਕੇ 27 ਮਿਲੀਅਨ ਲੋਕਾਂ ਦੇ ਸੈਲ ਫੋਨ ਦੇ ਉੱਤੇ ਮੈਸੇਜਸ ਛੱਡੇ ਸੀ ਵੀ ਤੁਹਾਡੇ ਏਰੀਆ ਦੇ ਵਿੱਚ ਬਿਜਲੀ ਜਾ ਸਕਦੀ ਹੈਗੀ ਆ ਪਰ ਜਦੋਂ ਇਸ ਹਸਪਤਾਲ ਦੇ ਵਿੱਚ ਕਈ ਘੰਟੇ ਬਿਜਲੀ ਗਈ ਤੇ ਉਹਨਾਂ ਦਾ ਬੈਕਅਪ ਜਨਰੇਟਰ ਵੀ ਫੇਲ ਹੋ ਗਿਆ ਤੇ ਫੇਰ ਬਹੁਤ ਸਾਰੇ ਪੇਸ਼ੈਂਟਸ ਨੂੰ ਹੋਰ ਹਸਪਤਾਲਾਂ ਦੇ ਵਿੱਚ ਮੂਵ ਕਰਨਾ ਪਿਆ ਜੀ ਇਸੇ ਤਰਿਕ ਨਾਲ ਫਰੈਜ਼ਨੋ ਦੇ ਨਜ਼ਦੀਕ ਹੈਨਫੋਰਡ ਸ਼ਹਿਰ ਦੇ ਵਿੱਚ ਵੀ ਅੱਜ ਸਰਕਾਰੀ ਦਫ਼ਤਰਾਂ ਨੂੰ ਜਲਦੀ ਜਿਹੜਾ ਉਹ ਬੰਦ ਕਰਨਾ ਪਿਆ ਕਿਉਂਕਿ ਉੱਥੇ ਵੀ ਬਿਜਲੀ ਗੁੱਲ ਹੋ ਗਈ ਇਹ ਬਿਜਲੀ ਗੁੱਲ ਹੋਣ ਦਾ ਕਾਰਨ ਕੰਸਟਰਕਸ਼ਨ ਮਿਸ ਹੈਪ ਜਿਹੜਾ ਉਹ ਦੱਸਿਆ ਆ ਜਾਂਦਾ ਵੀ ਕੰਸਟਰਕਸ਼ਨ ਕਰੂ ਜਦੋਂ ਇੱਕ ਅ ਬਿਲਡਿੰਗ ਨੂੰ ਜਿਹੜਾ ਉਹ ਢਾ ਰਹੇ ਸੀਗੇ ਤਾਂ ਅੰਡਰਗਰਾਉਂਡ ਪਾਵਰ ਲਾਈਨਾਂ ਉਹ ਵੀ ਉਹਨਾਂ ਨੇ ਨਾਲ ਹੀ ਟਰੈਕ ਕਰਕੇ ਜਿਹੜੀ ਉਹ ਤੋੜ ਦਿੱਤੀ 1600 এমਪਲੋਇਜ਼ ਨੂੰ ਅੱਜ ਫਿਰ ਜਲਦੀ ਜਿਹੜੀ ਹਰਜੋਤ ਸਿੰਘ ਜੀ ਛੁੱਟੀ ਕਹਿ ਲੋ ਵੀ ਉਹ ਹੋਈ